ਅਸਲਾਮ ਵਾਲੇਕੁਮ ਦੋਸਤਾਂ ਦੀ ਖਿਦਮਤ 'ਚ ਜਾਮਣ ਦਾ ਰਸ ਇਹ ਜਾਮ ਨੂੰ ਲੈ ਕੇ ਆਏ ਹਾਂ ਅਤੇ ਜਾਮ ਨੂੰ ਹੱਥ ਨਾਲ ਮਲ ਮੁਲ ਕੇ ਅਤੇ ਇਹਨੂੰ ਇਸ ਤਰ੍ਹਾਂ ਟੰਗ ਦਿਓ ਅਤੇ ਇਹਦਾ ਰਸ ਨਿਕਲ ਆਉਂਦਾ ਇਹਦਾ ਰਸ ਆ ਗਿਆ ਬੜਾ ਸੌਖਾ ਇਹਦਾ ਰਸ ਨਿਕਲਦਾ ਅਤੇ ਰਸ ਕਾਫੀ ਚੀਜ਼ਾਂ 'ਚ ਇਸਤੇਮਾਲ ਹੋ ਜਾਂਦਾ ਬਿਹਤਰ ਅਤੇ ਹੱਲ ਇਹਦਾ ਬਿਹਤਰ ਅਤੇ ਇਸਤੇਮਾਲ ਆ ਜਾਂਦਾ ਫਲਾਦ 'ਚ ਕੁਛ ਤਾਂ ਫਲਾਦ ਬਣਾਇਆ ਜਾਂਦਾ ਜਿਗਰ ਦੇ ਹਵਾਲੇ ਨਾਲ ਇਹ ਖੂਨ ਇੰਨਾ ਕਿ ਜਿਹੜਾ ਜਾਮਣ ਦੇ ਰਸ ਦੇ ਨਾਲ ਬਣਨਾ ਨਾ ਕੁਛ ਆਪਣਾ ਫਲਾਦ ਐਡਾ ਬਿਹਤਰੀਨ ਬਣਨਾ ਟਾਪ ਕਲਾਸ ਬਣਦਾ ਜਿੰਨੇ ਹੀ ਖੂਨ ਦੀ ਕਮੀ ਹੈ ਨਾ ਜਾਂ ਮਤਲਬ ਬੱਚਿਆਂ ਨੂੰ ਥੈਲੀਸੀਮੀਆ ਉਹਦੇ ਵਾਸਤੇ ਜਾਂ ਜਿੰਨਾ ਔਰਤਾਂ ਨੂੰ ਖੂਨ ਦੀ ਕਮੀ ਹੈ ਬਹੁਤ ਹੀ ਜ਼ਬਰਦਸਤ 15-20 ਖੁਰਾਕ ਦੀ ਇਸਤੇਮਾਲ ਕੀਤੀ ਜਾਵੇ ਅਤੇ ਇੰਨਾ ਕੁ ਖੂਨ ਪੈਦਾ ਕਰ ਬੰਦਾ ਹੈਰਾਨ ਹੋ ਜਾਂਦਾ ਇੰਤਹਾਈ ਜ਼ਬਰਦਸਤ ਚੀਜ਼ ਬਣਦੀ ਹੈ ਔਰ 15-20 ਦਿਨ ਦੀ ਖੁਰਾਕ ਜਿਹੜਾ ਬੰਦਾ 2-3 ਚਾਵਲ ਦੇ ਮਕਦਾਰ ਦੇ ਬਰਾਬਰ ਖੁਰਾਕ ਖਾਵੇ ਇਸ ਫਲਾਦ ਦੀ ਅਤੇ ਖੂਨ ਇੰਨਾ ਪੈਦਾ ਹੋ ਜਾਂਦਾ ਕਿ ਅੱਖਾਂ ਵੀ ਸੁਰਖ ਹੋ ਜਾਂਦੀਆਂ ਇਸ ਤਰ੍ਹਾਂ ਇਹਦਾ ਫਾਇਦਾ ਬਹੁਤ ਜ਼ਬਰਦਸਤ ਲਾਜਵਾਬ ਚੀਜ਼ ਬਣਦੀ ਹੈ ਜਾਮਣ ਦੀ।